ਸਤਿ ਸ਼੍ਰੀ ਅਕਾਲ ਜੀ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਦੋਸਤੋ ਪਹਿਲਾਂ ਕਨਫਰਮੇਸ਼ਨ ਦੇ ਦਿਓ ਆਵਾਜ਼ ਪੂਰੀ ਕਲੀਅਰ ਆ ਰਹੀ ਹੈ ਕਿ ਨਹੀਂ ਫਿਰ ਅਸੀਂ ਵੀਡੀਓ ਨੂੰ ਸ਼ੁਰੂ ਕਰੀਏ ਤਾਂ ਅੱਜ ਦੇ ਲਾਈਵ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕੀ ਚੱਲ ਰਿਹਾ ਹੈ ਸਾਊਥ ਹਾਰਟ ਸਿਟੀ ਦੇ ਅੰਦਰ ਦੋਸਤੋ ਵੀਡੀਓ ਦੇਖ ਕੇ ਇੱਕ ਵਾਰ ਤੁਹਾਨੂੰ ਪ੍ਰਤੀਤ ਹੋਏਗਾ ਕਿ ਅਸੀਂ ਸਾਊਥ ਹਾਲ ਨਹੀਂ ਦਿਖਾ ਰਹੇ ਹਾਂ ਕਿਤੇ ਤੁਹਾਨੂੰ ਲੈ ਤਾਂ ਨਹੀਂ ਆਏ ਨਵਾਂ ਸ਼ਹਿਰ ਬੰਗਾ ਫਗਵਾੜਾ ਜਾ ਜਲੰਧਰ ਦੋਸਤੋ ਨਵਾਂ ਸ਼ਹਿਰ ਬੰਗਾ ਫਗਵਾੜਾ ਜਾ ਜਲੰਧਰ ਦੋਸਤੋ ਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਦੱਸਾ ਲੱਗਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਇੱਕ ਵਾਰੀ ਕਨਫਰਮੇਸ਼ਨ ਦੇ ਦਿਓ ਆਵਾਜ਼ ਕਲੀਅਰ ਆ ਰਹੀ ਹੈ ਜੀ ਠੀਕ ਹੈ ਜੀ ਥੰਬਸ ਅਪ ਆ ਗਿਆ ਤੁਹਾਨੂੰ ਸਾਊਥ ਹਾਲ ਜਿਵੇਂ ਮੈਂ ਸ਼ੇਅਰ 'ਚ ਬੋਲਿਆ ਕਿ ਸਾਊਥ ਹਾਲ ਤੇ ਹੁਣ ਲੱਗਣਾ ਹੀ ਨਹੀਂ ਕਿ ਸਾਊਥ ਹਾਲ ਹੁਣ ਲੱਗਣਾ ਫਗਵਾੜਾ ਆ ਬੰਗਾ ਆ ਨਵਾਂ ਸ਼ਹਿਰ ਆ ਜਾਂ ਜਲੰਧਰ ਹੈ ਔਰ ਨਾਲ ਨੇ ਲੱਕੀ ਭਾਜੀ ਲੱਕੀ ਭਾਜੀ ਤਾਂ ਖੋਲ ਕਰ ਹੋਰ ਗੱਲ ਕਹਿੰਦੇ ਆ ਕਿ ਲੱਕੀ ਭਾਜੀ ਸਤਿ ਸ਼੍ਰੀ ਅਕਾਲ ਲੱਕੀ ਭਾਜੀ ਵੈਲਕਮ ਬੈਕ ਵੈਲਕਮ ਬੈਕ ਲੱਕੀ ਭਾਜੀ ਇੱਕ ਹੋਰ ਗੱਲ ਕਹਿੰਦੇ ਆ ਗੱਲ ਇੱਕਦਮ ਪੱਕੀ ਸ਼ੱਕ ਨਹੀਂ ਆ ਭੋਰਾ ਦੋਸਤੋ ਤੁਸੀਂ ਸਾਊਥ ਹਾਲ ਚ ਆਏ ਆ ਸਾਊਥ ਹਾਲ ਚ ਆਏ ਆ ਦੂਰਬੀਨ ਲਾਉਣੀ ਪੈਣੀ ਹੈ ਜੇ ਲੱਭਣਾ ਕੋਈ ਗੋਰਾ ਦੋਸਤੋ ਟਾਵਾਂ ਟਾਵਾਂ ਮਿਲੂਗਾ ਕੋਈ ਗੋਰਾ ਦੋਸਤੋ ਚਲੋ ਤੁਹਾਨੂੰ ਹੁਣ ਲੱਕੀ ਭਾਈ ਨੇ ਇੰਟਰੋਡਿਊਸ ਫਿਰ ਤੋਂ ਕਰਾ ਦਈਏ ਪਿੰਡ ਭੰਗੜਾ ਤੋਂ ਨੇ ਆਪਣੇ ਸਰਪੰਚ ਸਾਹਿਬ ਦੇ ਵੱਡੇ ਵੀਰ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਟਾਵਰ ਬ੍ਰਿਜ ਮੈਂ ਲੰਡਨ ਬ੍ਰਿਜ ਕਹੀ ਗਿਆ ਟਾਵਰ ਬ੍ਰਿਜ ਟਾਵਰ ਬ੍ਰਿਜ ਤੇ ਸਾਡੇ ਨਾਲ ਸੀ ਔਰ ਭਾਜੀ ਅਸੀਂ ਸਵੇਰ ਤੋਂ ਸਾਊਥ ਵੱਲ ਘੁੰਮ ਰਹੇ ਔਰ ਸੱਚੀ ਗੱਲ ਆ ਗੋਰਾ ਕੋਈ ਵੀ ਨਜ਼ਰ ਨਹੀਂ ਆਇਆ ਇਉਂ ਲੱਗਦਾ ਕਿ ਜਿਵੇਂ ਆਪਣੇ ਪੰਜਾਬੀ ਇੱਥੇ ਰਹਿੰਦੇ ਆ ਪੰਜਾਬੀਆਂ ਨੇ ਇਹ ਜਿਹੜੀ ਧਰਤੀ ਆ ਉਹਨੂੰ ਉਪਜਾਊ ਕਰਕੇ ਆਹ ਜਲੇਬੀ ਚੌਂਕ ਆ ਗਿਆ ਜੀ ਦਿਖਾ ਦਈਏ ਭਾਜੀ ਆਪਣੇ ਨਵੇਂ ਸ਼ਹਿਰ ਚ ਭਾਈਆਂ ਜਲੇਬੀ ਵਾਲਾ ਜਿੱਦਾਂ ਫੇਮਸ ਆ ਉਦਾਂ ਹੀ ਇੱਥੇ ਇਹ ਵੀ ਫੇਮਸ ਆ ਆਓ ਭਾਜੀ ਮਾੜੇ ਦੱਸੋ ਇਹਨਾਂ ਬਾਰੇ ਬੀਬੀ ਜਲੇਬੀਆਂ ਬਣਾਉਂਦੀ ਆ ਦੇਖ ਲਾ ਨਾਲ ਬੀਬੀ ਜਲੇਬੀਆਂ ਬਣਾ ਰਹੀ ਹੈ ਜੀ ਆਪਣਾ ਪਿੰਡ ਰੈਸਟੋਰੈਂਟ ਆਪਣਾ ਪਿੰਡ ਆ ਦੇਖ ਲੋ ਤੁਸੀਂ ਜਲੇਬੀਆਂ ਸਿੱਧੀਆਂ ਗੱਲ ਨੀ ਹੁੰਦੀਆਂ ਬੰਦੇ ਸਿੱਧੇ ਹੋ ਜਾਂਦੇ ਇਹ ਗੱਲ ਸਹੀ ਹੈ ਬਿਲਕੁਲ ਚਲੋ ਬੀਬੀ ਜੀ ਕਹਿੰਦੇ ਕਿ ਜਲੇਬੀਆਂ ਸਿੱਧੀਆਂ ਹੋਣ ਨਾ ਹੋਣ ਬੰਦੇ ਸਿੱਧੇ ਕਰ ਦਿੰਦੀਆਂ ਕਿੰਨੇ ਰੁਪਏ ਕਿਲੋ ਲਾਉਂਦੇ ਆ ਜੀ ਤੁਸੀਂ 10 ਪਾਉਂਡ ਦੇ ਕਿਲੋ ਚਲੋ 10 ਪਾਉਂਡ ਦੇ 1000 ਦੀਆਂ ਹੈ 1000 ਰੁਪਏ ਦੀਆਂ ਕਿਲੋ ਜਿਹੜੇ ਇੰਡੀਆ ਕਹਿੰਦੇ ਨੇ ਨਾ 80 ਦੀ ਕਿਲੋ ਕਰਤੀ 150 ਦੀ ਕਿਲੋ ਕਰਤੀ ਉਹ ਦੇਖ ਲੋ ਕਿ ਯੂਕੇ ਆ ਕੇ ਫਿਰ 1000 ਦੀ ਕਿਲੋ ਮਿਲਦੀ ਆ ਰੰਗ ਵੀ ਵੱਖਰਾ ਹੈ ਦੇਖੋ ਇਹਨਾਂ ਦਾ ਜਲੇਬੀਆਂ ਦਾ ਸਮਝਾਓ ਭਾਜੀ ਤੁਸੀਂ ਤਾਂ ਇੱਥੇ ਹੀ ਰਹਿੰਦੇ ਆ ਨਹੀਂ ਉੱਤੇ ਆਪਣੇ ਥੋੜੀ ਜਿਹੀ ਕਲਰ ਡਿਫਰੈਂਟ ਹੁੰਦਾ ਨਾ ਜਲੇਬੀ ਦਾ ਇੱਥੇ ਦੇਖ ਔਰੇਂਜ ਕਲਰ ਹਾਂ ਇਹ ਔਰੇਂਜ ਕਲਰ ਹੈ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਕਿਉਂਕਿ ਅਸੀਂ ਹੁਣ ਅੱਗੇ ਵੀ ਦਿਖਾਣਾ ਆ ਅੱਗੇ ਚੜ੍ਹ ਕਿਉਂਕਿ ਲਾਈਵ ਚ ਲਿਮਿਟਡ ਟਾਈਮ ਹੁੰਦਾ ਆ ਤੇ ਤੁਸੀਂ ਉਧਰ ਦੇਖ ਲਓ ਕਿ ਸ਼੍ਰੀ ਰਾਮ ਮੰਦਿਰ ਵੀ ਸਾਹਮਣੇ ਨਜ਼ਰ ਆ ਰਿਹਾ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਵੀ ਜਾ ਕੇ ਆਏ ਆ ਔਰ ਉੱਥੇ ਨਿਸ਼ਾਨ ਸਾਹਿਬ ਦੇਖ ਕੇ ਮਨ ਚ ਇਹੀ ਆਵਾਜ਼ ਆਈ ਲੱਕੀ ਭਾਜੀ ਕਿ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਹਾਂਜੀ ਔਰ ਇੱਥੇ ਵੀ ਜੜਾਂ ਨਹੀਂ ਛੱਡੀਆਂ ਜੜਾਂ ਨਹੀਂ ਛੱਡੀਆਂ ਬਿਲਕੁਲ ਆਪਣੇ ਪੰਜਾਬੀਆਂ ਨੇ ਕਿਤੇ ਵੀ ਜੜਾਂ ਨਹੀਂ ਛੱਡੀਆਂ ਜੀ ਸਾਰੇ ਪਾਸੇ ਛਾਏ ਹੋਏ ਆ ਤੇ ਅੱਜ ਮਾਂ ਦਿਵਸ ਹੈ ਜੀ ਲੱਕੀ ਭਾਜੀ ਹਾਂਜੀ ਉਹਦੇ ਲਈ ਮੈਂ ਇੱਕ ਥੋੜਾ ਜਿਹਾ ਸ਼ੇਅਰ ਬੋਲ ਦਿੰਦਾ ਫਿਰ ਤੁਸੀਂ ਆਪਣੇ ਵਿਚਾਰ ਦੇ ਦਿਓ ਆਪਾਂ ਬਸ ਇੱਥੋਂ ਵੀ ਉਹ ਕਹਿੰਦੇ ਕਿ ਖੁਸ਼ੀ ਗਮੀ ਹਰ ਇੱਕ ਗੱਲ ਦਾ ਹੁੰਦਾ ਹੈ ਵਾਅਦਾ ਦੋਸਤੋ ਤੁਹਾਨੂੰ ਦੁਨੀਆ ਤੇ ਬਹੁਤ ਸਾਰੇ ਲੋਕ ਪਿਆਰ ਕਰਦੇ ਹੋਣਗੇ ਲੇਕਿਨ ਮਾਂ ਦਾ ਪਿਆਰ ਬਾਕੀਆਂ ਨਾਲੋਂ 9 ਮਹੀਨੇ ਹੁੰਦਾ ਹੈ ਜ਼ਿਆਦਾ ਦੋਸਤੋ ਔਰ ਮਾਂ ਦਾ ਪਿਆਰ ਲੱਕੀ ਭਾਜੀ ਜਦੋਂ ਸਟ੍ਰਿਪ ਤੇ ਲਾਈਨ ਆ ਜਾਂਦੀ ਨਾ ਉਹ ਤੋਂ ਸ਼ੁਰੂ ਹੋ ਜਾਂਦਾ ਮਾਂ ਪਿਓ ਦਾ ਪਿਆਰ ਤੁਸੀਂ ਵੀ ਇੱਕ ਪਿਤਾ ਹੋ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਮੈਂ ਇੱਥੇ ਦੇਖ ਲਿਆ ਕਿੰਨਾ ਸੰਘਰਸ਼ ਕਰਨਾ ਪੈਂਦਾ ਬੱਚੇ ਪਾਲਣ ਲਈ ਬਿਲਕੁਲ ਸਹੀ ਗੱਲ ਹੈ ਜੀ ਬੱਚੇ ਪਾਲਣ ਲਈ ਤਾਂ ਇੱਥੇ ਸਾਰਿਆਂ ਤੋਂ ਵੱਡਾ ਸੰਘਰਸ਼ ਕਰਨਾ ਪੈਂਦਾ ਇਹੀ ਤਾਂ ਮੇਨ ਡਿਊਟੀ ਹੈ ਇੱਥੇ ਜੀ ਜੀ ਔਰ ਹੁਣ ਅਸੀਂ ਵੀ ਅਹਿਸਾਸ ਕਰ ਸਕਦੇ ਕਿ ਸਾਡੇ ਮਾਤਾ ਪਿਤਾ ਨੇ ਕਿੱਦਾਂ ਸਾਨੂੰ ਪਾਲਿਆ ਤੇ ਇੱਧਰ ਦਿਖਾ ਦਈਏ ਜੀ ਹੁਣ ਉੱਧਰ ਚੱਲੀਏ ਪਰ ਇਹਨੂੰ ਹਾਂਜੀ ਓਮ ਜਵੈਲਰਸ ਇੱਧਰ ਉਮਰ ਹੁਮ ਇੱਧਰ ਆਪਣੇ ਪੰਜਾਬੀਆਂ ਦਾ ਜੀ ਦੇਖ ਲਓ ਹਾਂਜੀ
वेलकम जी आया नू पंजाबी च पढ़ के तुहानू खुशी हो जांदी इत्थे नाले यूनिवर्सल झटका मीट मार्केट झटका मीट झटके अच्छा इत्थे भाजी झटके दी की गल है बहुत जगह मैं पढ़िया कि झटके नाले जिद्दां हुण जिहड़े अपने पाकिस्तान वीर अपने ओ खांदे हलाल मीट है ना जी जी अपने पंजाबी सारे ओ झटके दा मीट जिहड़ा इक्को वारी बढ़ के ठीक है ओहनू कह दिंदे झटके दा मीट इत्थे ओ झटके दा दिंदे हां जी झटके दा दिंदे आ ठीक है कि बहुत सारे पंजाबी गोरा कोई नजर नहीं आता कारण की है साउथ च गोरा उदे नहीं कोई लभदा इदा जे कोई बेचारा आया भी हुंदा इदा लगता कोई हॉलीडे करन आया इत्थे सारे पंजाबी है जी आप पुछ लो मुंडे खड़े है अच्छा भाई केड़े एरिया ते तुसी भाजी भाजी केड़े एरिया ते लाइव चल रहा ए अपने पीवी 32 नवा शहर चैनल है इहनां दा उत्थों आया जलंधर तो जे किवें जीजू लग गए इत्थे ਕਹਿੰਦਾ ਛਿੱਕੂ ਜੀ ਲੱਗਦਾ ਕੰਮ ਹੀ ਨਹੀਂ ਮਿਲਦਾ ਮਿਲ ਰਿਹਾ ਤੁਸੀਂ ਕਿੱਥੋਂ ਜੀ ਭਾਈ ਹਾਂ ਮਿਰਜ਼ਾ ਤੋਂ ਅੰਮ੍ਰਿਤਸਰ ਸਾਹਿਬ ਤੋਂ ਕਿੱਥੋਂ ਜੀ ਜਲੰਧਰ ਤੋਂ ਹਾਂਜੀ ਮੈਂ ਉਹੀ ਪਹਿਲੇ ਆਪਣੇ ਅਸੀਂ ਸ਼ੇਅਰ ਬੋਲ ਕੇ ਸ਼ੁਰੂ ਕਰਦੇ ਮੈਂ ਪਹਿਲੇ ਕਹਿਤਾ ਇਦਾਂ ਲੱਗਣਾ ਨੀ ਅਸੀਂ ਸਾਊਥ ਹਾਲ ਚ ਆ ਇਦਾਂ ਲੱਗਣਾ ਕਿ ਜਲੰਧਰ ਚ ਆ ਪਰ ਫਿਰ ਘਰ ਦੀ ਯਾਦ ਆਉਂਦੀ ਹੈ कलाकारा दे भी पोस्टर लगे आ तुसीं देख सकदे हो मेला पंजाबी मेला 21 मई नूं चलो 21 मई नूं तुहानूं लाइव दिखा देंगे लक्की भाई नूं कहांगे सेवा करूंगा ठीक है जी आपां उधर जाना थोड़े एक दो छप्पन मोहरे उधर तुसी दिखाओ किथे मैं तो ऑडियंस अपनी दिखाना इधर गुरुद्वारा साहब है जी तुसी देख लो असी पहला मत्था टेक के उस तो बाद ही लाइव शुरू कीता तुसी दसो इधर जे ऑडियंस को पुछना जे गां चल दो छप्पन तुसी दसो जी ऑडियंस नु तुसी साडे अज इत्थे नेविगेशन आ असी जलेबियां दिखा दित्तियां फैमिली नु पिछे कह दी आ जा ओ ਆਹ ਵੇਖੋ ਜਿਵੇਂ ਤੁਹਾਨੂੰ ਕੋਠੀ ਰੋਡ ਤੇ ਇੱਦਾਂ ਬਾਜ਼ਾਰ ਲੱਗਿਆ ਹੁੰਦਾ ਲੱਗਾ ਮਿਲਦਾ ਨਾ ਉਹਦੇ ਕੁਰਸੀਆਂ ਇੱਥੇ ਵੀ ਕੋਠੀ ਰੋਡ ਵਾਲਾ ਬਾਜ਼ਾਰ ਲੱਗਿਆ ਹੈ ਤੁਸੀਂ ਦੇਖ ਲਓ ਨੌਜਵਾਨ ਮੈਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਹੋਈਆਂ ਜਿਨ੍ਹਾਂ ਵਿੱਚ ਨੌਜਵਾਨ ਆਪਣੇ ਇਸੇ ਤਰੀਕੇ ਤੌਖਲੇ ਸਾਂਝੇ ਕਰਦੇ ਆ ਆ ਫਰੂਟ ਵੀ ਲੱਗਾ ਸੜਕਾਂ ਤੇ ਠੀਕ ਹੋ ਜੀ ਆਓ ਜੀ ਆਓ ਜੀ ਜਰਾ ਇਹ ਆਪਣੇ ਨਵਾਂ ਸ਼ਹਿਰ ਤੋਂ ਪੀਵੀ ਚੈਨਲ ਦਾ ਕੀ ਹਾਲ ਹੈ ਸਿਰਫ ਠੀਕ ਠਾਕ ਹੋ ਜੀ ਸਾਊਥ ਹਾਲ ਦਾ ਮਾਹੌਲ ਇੱਧਰ ਰਹਿੰਦਾ ਜੀ ਮਾਹੌਲ ਵਧੀਆ ਜੀ ਸਾਊਥ ਹਾਲ ਦਾ ਮਾਹੌਲ ਦਾ ਤੋ ਜਿਆਦਾ ਹੈ ਨਹੀਂ ਅੱਛਾ ਜੀ ਰੌਣਕਾਂ ਲੱਗੀਆਂ ਨੇ ਇੱਥੇ ਅੱਛਾ ਕੋਈ ਜੇ ਗੋਰਾ ਦੇਖਣਾ ਹੋਵੇ ਇੱਥੇ ਦੂਰਬੀਨ ਲਾਉਣੀ ਪੈਂਦੀ ਮੇਰੇ ਖਿਆਲ ਗੋਰਾ ਦੂਰਬੀਨ ਨਹੀਂ ਲੱਭਣਾ ਪੈਂਦਾ ਆਪਣੀ ਭੀੜੇ ਚ ਅੱਛਾ ਆਪਣੀ ਭੀੜੇ ਚ ਲੱਭਣਾ ਪੈਂਦਾ ਤੁਸੀਂ ਕਿੱਥੋਂ ਜੀ ਪਿੱਛੋਂ ਮੈਂ ਜੀ ਦਿੱਲੀ ਤੋਂ ਆ ਜੀ ਦਿੱਲੀ ਤੋਂ ਹਾਂਜੀ ਕਿੰਨੀ ਚ ਕਿੰਨਾ ਟਾਈਮ ਹੋ ਗਿਆ ਇੱਥੇ ਮੈਨੂੰ ਇੱਥੇ 20 ਸਾਲ ਹੋਣ ਵਾਲੇ ਨੇ 20 ਸਾਲ ਹੋ ਗਏ ਭਾਜੀ ਉਹਨਾਂ ਨੂੰ 20 ਸਾਲ ਹੋ ਚੱਲੇ ਆ ਤੇ ਫਿਰ ਕੀ ਫਰਕ ਕੀ ਨਜ਼ਰ ਆਉਂਦਾ ਇੱਥੇ ਇੰਡੀਆ ਨਾਲੋਂ जिन्ने भी लोग चाहे सीनियर चाहे जूनियर बहुत संघर्ष करना पैंदा और मेनू भी खुशी हुई इत्थे जदों भाजी आपां रुके तुहाडे सामने एक दो बंदे मिलन आए मेनू भी माण जिहा महसूस होया कि अच्छा चैनल दे के में स्पेशल मिलन आए जी जी आ थोड़ी देख लो जी अपने सब्जी मंडी थोड़ी नवे शहर दी बस फर्क यही है कि इत्थे पानी नहीं खड़ा पर इन्होंने स्टॉल इन्होंने भी काफी बाहर लाया इत्थे ला सकदे ना ला सकदे हैं थोड़े कर सकदे जदा छड्डण जिन्नी लिमिट है ओदे हिसाब नाल कर सकदे मैं कह नहीं तां थोड़ी वीडियो देखियो तुसीं ओ परे करवांदे हुंदे ने उत्थे नहीं असीं नहीं करवांदे नगर कौंसल वाले करवांदे पर भाई साहब तो पुछो सरदार जी की रेट है थोड़ी चुप है चेक करो जी कहते सारे रेट लगे हुए सारे रेट लगे हुए महंगे बहुत अच्छा जी आप ऑडियंस दिखा दिए पाजी आ एक कला अनार दो पौंड दा मतलब 210 रुपए दा अंबा की पेटी है 6 अंब 9 पौंड दे आ देखो ते ए 9 पौंड मतलब 1000 रुपए दे आसपास हां 1000 रुपए दे आसपास 6 अंब मतलब इंडिया च दिल छोटा ना करया करो ए बाहर ले आके ताही पैसे खर्चते रहंदे आ इन्हां नूं पता है कि उत्थे चीजां बहुत महंगी है आपकी इंडिया 4 पौंड दी किलो हां जी 4 पौंड दी किलो है जी 400 दी अदरक दी देखो कलर कितना अच्छा कलर ये फिर स्पेशल आंदा इंडिया वाला नहीं हैगा अच्छा ये फिर केडी कंट्री ये इधर अफ्रीका वगैरह तो आंदा अच्छा आ बैंगन हां जी ये भी 2 पौंड दे हां एक के होना है 2 पौंड 2 पौंड दा एक वाहेगुरु ਔਖਾ ਵੀ ਤਾਂ ਹੀ ਉਹ ਨੌਜਵਾਨ ਕਹਿੰਦੇ ਕਿ ਕੰਮ ਇੱਥੇ ਦਿਲ ਛਿੱਕੂ ਲੱਗੇ ਇੱਥੇ ਤਾਂ ਕੰਮ ਹੀ ਨਹੀਂ ਮਿਲਦਾ ਇੱਦਾਂ ਕਰੀਏ ਇਸ ਉਸ ਸਿੱਖ ਲਈ ਹਾਂ ਜੀ ਕੰਮ ਕੇ
ਪਿੱਛੇ ਚੱਲਦੇ ਫੋਨ ਨਾਲ ਕਵਰ ਹੋ ਜੀ 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 ਤਾਂ ਆਪਾਂ ਬਣੇ ਰਹੀਓ ਜੀ ਜਦ ਤੱਕ ਲਾਈਵ ਚੱਲ ਰਿਹਾ ਔਰ ਬਹੁਤ ਸਾਰੀਆਂ ਹੋਰ ਵੀ ਅਸੀਂ ਇੱਥੇ ਕਵਰੇਜਸ ਕੀਤੀਆਂ ਹੋਈਆਂ ਪੁੱਛ ਲੈਂਦੇ ਹਾਂ ਲਵ ਫਰੋਮ ਜਾਡਲਾ ਤੁਸੀਂ ਆਪਣਾ ਨਾਮ ਆਪਣੇ ਨਾਲੇ ਕਮੈਂਟ ਕਰੀ ਚਲੋ ਅਸੀਂ ਤੁਹਾਡਾ ਨਾਮ ਵੀ ਲੈਂਦੇ ਰਹਿੰਦੇ ਹਾਂ ਕੋਈ ਲੱਕੀ ਭਾਈ ਇੱਥੇ 20 ਸਾਲ ਤੋਂ ਰਹਿ ਰਹੇ ਆ ਕੋਈ ਇਹਨਾਂ ਤੋਂ ਸਵਾਲ ਪੁੱਛਣਾ ਸੀ ਉਹ ਵੀ ਦੱਸ ਦਾਂਗੇ ਤੇ ਨਾਲ ਦੀ ਨਾਲ ਇੱਕ ਹੋਰ ਗੱਲ ਦੱਸਦਾ ਮੈਂ ਬਹੁਤ ਸਾਰੇ ਹੋਰ ਵੀਰਾਂ ਨੂੰ ਮਿਲੇ ਆ ਜਿਹੜੇ ਇੱਥੇ ਸਾਡੇ ਆਏ ਹੋਏ ਪੰਜਾਬੀਆਂ ਦੀ ਬਹੁਤ ਮਦਦ ਕਰਦੇ ਆ ਜਿਵੇਂ ਲੱਕੀ ਭਾਜੀ ਬਹੁਤ ਇੱਥੇ ਜਦੋਂ ਵੀ ਕੋਈ ਇਹਨਾਂ ਦੇ ਏਰੀਏ 'ਚ ਆਉਂਦਾ ਚਾਹੇ ਏਰੀਏ 'ਚ ਨਹੀਂ ਵੀ ਆਉਂਦਾ ਵਾਕਫ ਨਹੀਂ ਵੀ ਆਉਂਦਾ ਉਹਦਾ ਵੀ ਸਾਥ ਦਿੰਦੇ ਆ ਇੱਦਾਂ ਹੀ ਮੈਨੂੰ ਬਰਮਿੰਘਮ ਤੋਂ ਪੀਟਰ ਜੀ ਮਿਲੇ ਆਪਣੇ ਸੁਖਚੰਦ ਭਾਜੀ ਮਿਲੇ ਮਹਿਰਮਪੁਰ ਤੋਂ ਔਰ ਨਾਲ ਦੀ ਨਾਲ ਹਰਦੀਪ ਸਿੰਘ ਵਿਰਕ ਪੰਛੀ ਜੀ ਮਿਲੇ ਜਿਹੜੇ ਸਟੂਡੈਂਟਸ ਦੀ ਬਹੁਤ ਹੈਲਪ ਕਰਦੇ ਤਾਂ ਮੈਂ ਉਹ ਵੀਡੀਓ ਪੋਸਟ ਕਰੂੰਗਾ ਹਾਲ ਦੀ ਘੜੀ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਤਾਂ ਲੱਕੀ ਭਾਜੀ ਵਰਗੇ ਜਿਹੜੇ ਸੱਜਣ ਇੱਥੇ ਬਹੁਤ ਸਾਰੇ ਮਿਲੇ ਹਾਲਾਂਕਿ ਬਹੁਤਿਆਂ ਨਾਲ ਲੱਕੀ ਭਾਜੀ ਵੈਰੀ ਨਾਈਸ ਜਸਪਾਲ ਬੰਗੜ ਜੀ ਕਹਿ ਰਹੇ ਆ ਜਸਪਾਲ ਜੀ ਕੀ ਹਾਲ ਚੱਲਿਆ ਠੀਕ ਠਾਕ ਹੋ ਦੇਖੋ 20 ਸਾਲ ਹੋ ਗਏ ਲੱਕੀ ਭਾਜੀ ਨੂੰ ਪਰ ਕੁੰਡੀ ਸਾਹਿਬ ਵਾਂਗਰ ਨਹੀਂ ਬੋਲਦੇ ਨਹੀਂ ਤਾਂ ਕਹਿਣਾ ਸੀ ਕਿੱਦਾਂ ਪੜਾ ਤੁਹਾਡੀ ਕਿਤੇ ਠੀਕ ਹੀ ਆ ਤੂੰ ਅੱਛਾ ਭਾਜੀ ਗੱਡੀਆਂ ਆਮ ਹੀ ਇੱਥੇ ਖੜੀਆਂ ਰਹਿੰਦੀਆਂ ਬਿਲਕੁਲ ਜੀ ਮਤਲਬ ਪੋਰਸ਼ੇ ਹੋ ਗਈ ਜਾਂ ਸੜਕਾਂ ਤੇ ਮੈਂ ਦੇਖਿਆ ਕਈਆਂ ਤਾਂ ਕਈ ਤਾਂ ਦੋ ਦੋ ਤਿੰਨ ਤਿੰਨ ਦਿਨ ਖੜੀਆਂ ਰਹਿੰਦੀਆਂ ਲੈਣ ਵੀ ਨਹੀਂ ਆਉਂਦਾ ਬਈ ਹਾਂਜੀ ਤੇ ਇੰਡੀਆ ਹੋਵੇ ਤਾਂ ਉਹਨਾਂ ਨੇ ਕਹਿਣਾ ਲਾ ਲਈਏ ਹਿਸਾਬ ਕਿਤਾਬ ਲਾ ਲਈਏ ਹਿਸਾਬ ਕਿਤਾਬ ਹਾਂ ਗੱਡੀਆਂ ਹੈ ਹੀ ਇੰਨੀਆਂ ਹੁਣ ਕੀ ਤੁਸੀਂ ਦੂਜਾ ਕਰਦੇ ਔਰ ਇੱਕ ਚੀਜ਼ ਹੋਰ ਹੈ ਲੱਕੀ ਭਾਜੀ ਹਾਂਜੀ ਕਿ ਮਾਹੌਲ ਦੇਖੋ ਮੈਂ ਆਪਾਂ ਹੁੱਡੀਆਂ ਪਾਈਆਂ ਟੀ ਸ਼ਰਟ 'ਚ ਵੀ ਆ ਲੋਕ ਬੱਸਾਂ ਦੇਖ ਲਓ ਜੀ ਅੱਛਾ ਪੰਜਾਬੀ 'ਚ ਵੀ ਕਿੱਥੇ ਕੀ ਲਿਖਿਆ ਉਹ ਗਿੱਲ ਹਾਂ ਗਿੱਲ ਲਿਖਿਆ ਹੋਇਆ ਬਾਪੂ ਬੈਠੇ ਇੱਥੇ ਦੋ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਪੰਜਾਬ ਤੋਂ ਲਾਈਵ ਚੱਲ ਰਿਹਾ ਜੀ ਦੇਖ ਰਹੇ ਪਏ ਲੋਕ ਤੁਹਾਨੂੰ ਕੁਝ ਕਹਿਣਾ ਚਾਹੋਗੇ ਕੀ ਗੱਲ ਹੋ ਗਈ ਬਾਬੂ ਜੀ ਸੱਟ ਲੱਗ ਗਈ ਹੈ ਠੀਕ ਠਾਕ ਅਸੀਂ ਤਾਂ ਬਾਪੂ ਦਿਲ ਲੱਗ ਗਿਆ ਇੱਥੇ ਅੱਛਾ ਜੀ ਚਲੋ ਠੀਕ 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 ਬਾਪੂ ਥੋੜਾ ਨੋਟੀ ਲੱਗ ਗਿਆ ਮੈਨੂੰ ਚੱਲੀਏ ਅੱਧੇ ਗਾਹਾਂ ਨੂੰ ਫਿਰ ਨਿਕਲ ਗਏ ਹਾਂਜੀ ਹਾਂਜੀ ਤੁਰਦੇ ਤੁਰਦੇ ਜੀ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਅਗਲੀ ਵੀਡੀਓ 'ਚ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਵੀਡੀਓ ਸ਼ੂਟ ਕੀਤੀ ਹੋਈ ਹੈ ਸਪੈਸ਼ਲ ਉਹ ਤਾਂ ਸਪੈਸ਼ਲ ਵੀਡੀਓ 'ਚ ਦਿਖਾਵਾਂਗੇ ਕਿਉਂਕਿ ਇੱਦਾਂ ਚੱਲਦੇ ਫਿਰਦੇ ਫਿਰ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਸੰਜੀਵ ਜਵੈਲਰਸ ਤੁਸੀਂ ਇੱਧਰ ਦੇਖੋ ਸਿਰਾ 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 ਮੈਂ ਕਿਹਾ ਪਤਾ ਨਹੀਂ ਆਪਣਾ ਪੰਜਾਬੀ ਵਾਲਾ ਸਿਰਾ ਨਹੀਂ ਨਹੀਂ ਸਿਰਾ ਸਿਰਾ ਹਾਂਜੀ ਸਿਰਾ ਆ ਦੇ ਤਾ ਸੱਪ ਉਹ ਗਿਆਨੀ ਨੇ ਕਿੱਦਾਂ ਤੱਕ ਰਹੀ ਹੋਈ ਆ ਮੇਰਾ ਲੋਕ ਪੰਜਾਬੀ ਗਣੇ ਦਾ ਹੀ ਚੱਲ ਜਾਂਦੇ ਇੱਥੇ ਵੀ ਚਲਾਨ ਨਹੀਂ ਕੱਟਦੇ ਤਾਂ ਜਿੱਦਾਂ ਨਹੀਂ ਨਹੀਂ ਹਾਂ ਕੁਛ ਨਹੀਂ ਇਦਾਂ ਨਹੀਂ ਕੁਛ ਲੈਣਾ ਵਿੱਕੀ ਨਾਰੰਗ ਜੀ ਕਹਿੰਦੇ ਪੂਰੀ ਭਰਾਵਾ ਪੂਰੀ ਨਹੀਂ ਸੂਰੀ ਰੋਇਲ ਦਿੱਲੀ ਵਾਲਾ ਦਿੱਲੀ ਵਾਲਾ ਦੇਖ ਲਓ ਅੱਛਾ ਇੱਥੇ ਭਾਜੀ ਕਟਿੰਗ ਕਿੰਨੀ ਕੁ ਮਹਿੰਗੀ ਪੈਂਦੀ ਇੱਥੇ ਕਟਿੰਗ ਭਾਜੀ ਮਿਨੀਮਮ 14 ਕੁ ਪਾਉਂਡ ਤੋਂ ਸ਼ੁਰੂ ਹੁੰਦੀ ਹੈ ਜੇ ਸਾਡੇ ਵਰਗੇ ਨੇ ਕਟਾਣੇ ਹੋਵੇ ਅੱਛਾ ਕਿੰਨੇ 14 ਪਾਉਂਡ 14 ਪਾਉਂਡ 14 ਪਾਉਂਡ ਤੋਂ ਸ਼ੁਰੂ ਹੁੰਦੀ ਹੈ ਜੀ ਤੁਸੀਂ ਮੇਰਾ ਖਿਆਲ ਲੋੜ ਹੀ ਨਹੀਂ ਪੈਂਦੀ ਡਰਾਈਵਰ ਨੂੰ ਪਰ ਜਾਣਾ ਸਾਨੂੰ ਜ਼ਿਆਦਾ ਪੈਂਦਾ ਅੱਛਾ ਥੱਲੇ ਭਾਜੀ ਕਮੈਂਟ ਆ ਰਿਹਾ ਕਹਿੰਦੇ ਕਿ ਤਾਂ ਕੋਠੀ ਰੋਡ ਲੱਗ ਰਿਹਾ ਨਵੇਂ ਸ਼ਹਿਰ ਦਾ ਬਸ ਫਰਕ ਇੰਨਾ ਹੈ ਕਿ ਪਾਣੀ ਨਹੀਂ ਖੜਾ ਪਾਣੀ ਨਹੀਂ ਖੜਾ ਬਸ ਪਾਣੀ ਨਹੀਂ ਖੜਾ ਗਟਰ ਗੁਟਰ ਹੈਗੇ ਆ ਗਟਰ ਚੱਕ ਨਹੀਂ ਹੋਏ ਬਿਲਕੁਲ ਤੇ ਏਦਾਂ ਕਿ ਪੀ ਪੈਂਪ ਨੂੰ ਉਹਦੀ ਆਵਾਜ਼ ਨਹੀਂ ਆਉਂਦੀ ਇਹਨੂੰ ਤੂੰ ਪਰੇ ਕਰ ਲਾ ਉਹ ਤੂੰ ਪਰੇ ਕਰ ਲਾ ਹਾਂਜੀ ਤੇ ਇੱਥੇ ਭਾਜੀ ਬਸ ਇੰਨਾ ਫਾਇਦਾ ਕਿ ਜਦੋਂ ਕੋਈ ਤੁਰਿਆ ਜਾਂਦਾ ਉਹਨੂੰ ਪਹਿਲਾਂ ਰਾਹ ਦਿੱਤਾ ਜਾਂਦਾ ਬਿਲਕੁਲ ਆ ਦੇਖ ਲਿਓ ਇੱਥੇ ਹੁਣ ਤੁਸੀਂ ਲੰਘਣਾ ਗੱਡੀਆਂ ਖੜੀਆਂ ਕਰ ਲੈਣੀਆਂ ਹਾਂ ਤੇ ਚਾਹੇ ਗੱਡੀ 20 ਲੱਖ ਦੀ ਚਾਹੇ 50 ਲੱਖ ਦੀ ਪਹਿਲਾਂ ਹੁਣ ਤੁਸੀਂ ਰੋਡ ਕ੍ਰੋਸ ਕਰਨਾ ਪੈਦਲ ਬੰਦੇ ਨੂੰ ਨਹੀਂ ਜਗ੍ਹਾ ਦੇਣੀ ਆ ਪੈਦਲ ਬੰਦੇ ਨੂੰ ਰਾਹ ਦਿੱਤਾ ਜਾਂਦਾ ਹਾਂਜੀ ਔਰ ਏਦਾਂ ਨਹੀਂ ਆ ਕਿ ਬੰਦਾ ਨਹੀਂ ਤਾਂ ਦੂਜਾ ਕਹੇ ਮੈਂ ਇੰਨੇ ਦੀ ਗੱਡੀ ਚੱਕ ਕੇ ਟੈਕਸ ਤਾਂ ਰਿਹਾ ਤੂੰ ਮੋਰੇ ਕਿਤੇ ਨਿਕਲ ਜੂ ਕਿਤੇ ਨਿਕਲ ਤਾਂ ਸਟੂਡੈਂਟਸ ਦੀ ਇੱਥੇ ਭਾਜੀ ਸਟਰਗਲ ਕਾਫੀ ਆ ਬਹੁਤ ਆ ਤੁਹਾਡੇ ਸਾਹਮਣੇ ਦੱਸੇ ਆ ਉਹਨੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਕੱਲ ਮੈਂ ਲੱਕੀ ਭਾਜੀ ਉਹਨਾਂ ਦੀ ਇੱਕ ਸਕਸੈਸਫੁਲ ਸਟੋਰੀ ਕਰ ਰਿਹਾ ਸੀ ਕਿਉਂਕਿ 20 ਸਾਲ ਹੋ ਗਏ ਇਹਨਾਂ ਨੂੰ ਇੱਥੇ ਆਏ ਹੋਏ ਤਾਂ ਇੱਕ ਜਿਹੜਾ ਮੁੰਡਾ ਸਾਡਾ ਕੈਮਰਾ ਫੜ ਕੇ ਸ਼ੂਟ ਕਰ ਰਿਹਾ ਸੀ ਅਸੀਂ ਗੱਲਾਂ ਕਰ ਰਹੇ ਸੀ ਸੰਘਰਸ਼ ਦੀਆਂ ਵੀਡੀਓ ਬਣਾਉਂਦਾ ਬਣਾਉਂਦਾ ਇਮੋਸ਼ਨਲ ਹੋ ਗਿਆ ਇਮੋਸ਼ਨਲ ਹੋ ਗਿਆ ਜੀ ਉਹਦੀ ਅੱਖਾਂ ਚੋਂ ਤਤੀਰੀਆਂ ਬਣ ਕੇ ਪਾਣੀ ਜਿਹੜਾ ਨਿਕਲ ਰਿਹਾ ਸੀ ਹੰਝੂ ਨਿਕਲ ਰਹੇ ਸੀ ਤਾਂ ਉਹ ਵੀ ਇੱਕ ਮੂਮੈਂਟ ਸੀ ਪੰਜਾਬੀ ਚਰਚ ਦੀ ਤਸਵੀਰ ਵੀ ਦੇਖ ਲਓ ਜੀ ਤੁਸੀਂ ਔਰ ਗੋਰਾ ਸੱਚੀ ਨਹੀਂ ਕੋਈ ਲੱਭ
ਇਧਰ ਤਾਂ ਲਓ ਜੀ ਐਪਲ ਦੀ ਕਿਤੇ ਕਿਤੇ ਪ੍ਰੋਬਲਮ ਆਈ ਦੀ ਹੈ ਗਰੀਬ ਬੰਦੇ ਕੋਲ ਐਪਲ ਵੀ ਨਹੀਂ ਚਲਾ ਹੁੰਦਾ ਨਹੀਂ ਨਹੀਂ ਹੋ ਗਿਆ ਸ਼ੁਰੂ ਹੋ ਗਿਆ ਜੀ ਸ਼ੁਰੂ ਹੋ ਗਿਆ ਜੀ ਸੂਰੀ ਸਾਹਿਬ ਨਰੇਸ਼ ਸੂਰੀ ਦੇ ਲੈ ਜਦੋਂ ਇਦਾਂ ਕਮੈਂਟ ਕਰ ਦਿੰਦੇ ਫਾਇਦਾ ਹੋ ਜਾਂਦਾ ਬਿਲਕੁਲ ਆ ਥੋੜੀ ਸੋਟੀ ਪਾਰਕ ਹੈ ਨਾਲ ਸਭ ਤਾਂ ਜੀ ਜੀ ਹੱਥ ਲੱਗ ਜਾਂਦਾ ਕਿਤੇ ਸਕਰੀਨ ਚੇਂਜ ਕਰਨ ਲੱਗੇ ਆ ਮੌਨਸੂਨ ਬੈਂਕਟ ਹਾਲ ਸਾਊਥ ਹਾਲ ਦਾ ਅੱਛਾ ਜੀ ਇੱਥੇ ਵੈਡਿੰਗ ਵਗੈਰਾ ਹੁੰਦੀ ਆ ਅੱਛਾ ਜੀ ਹਾਂਜੀ ਉਹ ਗਗਨ ਫਰੈਸ਼ ਫਿਸ਼ ਹਾਂਜੀ ਤਾਂ ਲੋਕ ਟੁੱਟ ਰਹੇ ਆ ਜੁੜੇ ਰਹੋ ਮਿਊਟ ਹੋ ਗਿਆ ਸੀ ਮਿਊਟ ਸਹੀ ਕਰਤਾ ਸੀ ਇਹ ਆਪਾਂ ਤੁਹਾਨੂੰ ਹੁਣ ਗਾਹਾਂ ਥੋੜ੍ਹ ਜਿਹਾ ਦੂਜੇ ਪਾਸੇ ਬ੍ਰਿਜ ਤੇ ਲਿਜਾਂਦੇ ਆ ਤੇ ਜਿੱਥੋਂ ਸਟੇਸ਼ਨ ਅੱਛਾ ਸੂਟ ਸਾਟ ਕਿੰਨੇ ਕੁ ਮਹਿੰਗੇ ਮਿਲਦੇ ਇੱਥੇ ਬੀਬੀਆਂ ਦੇ ਇਹ ਕਾਫੀ ਮਹਿੰਗੇ ਆ ਆਹ ਤਾਂ ਥੋੜ੍ਹਾ ਜਿਹਾ ਏਰੀਆ ਜਿੱਦਾਂ ਹੋਰ ਕਮਿਊਨਿਟੀ ਦਾ ਆ ਜਾਂਦਾ ਸਮਾਲੀ ਪੀਪਲ ਰਹਿੰਦੇ ਆ ਇੱਥੇ ਹਨਾ ਇੰਨੇ ਕੁ ਏਰੀਏ ਚ ਸੋਹੋ ਰੋਡ ਮੈਂ ਦੇਖਿਆ ਬੜੀ ਛੇਤੀ ਬੰਦ ਹੋ ਜਾਂਦਾ ਮੈਂ ਸੋਹੋ ਰੋਡ ਗਿਆ ਸੀ ਨਹੀਂ ਸਾਊਥ ਹਾਲ ਤਾਂ ਰਾਤ ਨੂੰ 10 11 ਵਜੇ ਤੱਕ ਸਾਰੀਆਂ ਦੁਕਾਨਾਂ ਮੈਂ ਕਿਹਾ ਇੰਨੀ ਛੇਤੀ ਤਾਂ ਸਾਡਾ ਨਵਾਂ ਸ਼ਹਿਰ ਨਹੀਂ ਬੰਦ ਹੁੰਦਾ ਜਿੰਨੀ ਛੇਤੀ ਸੋਹੋ ਰੋਡ ਬੰਦ ਹੋ ਗਿਆ ਉਹ ਫਿਰ ਟਾਈਮ ਲਿਮਿਟ ਹੁੰਦਾ ਸਵੇਰ ਨੂੰ ਵੀ ਟਾਈਮ ਨਾਲ ਖੋਲਣੀਆਂ ਹੁੰਦੀਆਂ ਨੇ ਦੁਕਾਨਾਂ ਜੀ ਹਨਾ ਅੱਛਾ ਵਿੱਚੇ ਉਹ ਵੀ ਹੈਗੀ ਐਸਾ 12 ਦਰੀ ਗਾਰਡਨ ਜਿਹੜਾ 12 ਦਰੀ ਵੀ ਹੈਗਾ ਆ ਵਿੱਚੇ 12 ਦਰੀ ਵੀ ਹੈਗਾ ਆ ਠੀਕ ਹੈ ਠੀਕ ਬਿਲਕੁਲ ਇਹ ਤਾਂ ਪਹਿਲਾਂ ਇਹ ਇੱਥੇ ਦਾ ਹਾਂ ਭਾਈ ਆਪਣਾ ਦੇਖੋ ਕੁੜਤਾ ਪਜਾਮਾ ਪਾਈ ਫਿਰਦਾ ਕਿੱਥੇ ਦੇਖਾਂਗਾ ਹਾਂ ਕਿੱਦਾਂ ਜੀ ਠੀਕ ਠਾਕ ਹੋ ਮੈਨੂੰ ਪਾਕਿਸਤਾਨੀ ਭਰਾ ਲੱਗਿਆ ਨਹੀਂ ਇੰਡੀਅਨ ਹੀ ਆ ਲੱਭਿਆ ਜੀ ਗੋਰਾ ਜਾਦਾ ਲਾਈਵ ਕੀਤਾ ਸੀ ਕੋਈ ਬੱਚਾ ਹੈ ਕੋਈ ਉਹ ਚਿਕਨ ਵੈਲੀ ਪੀਜ਼ਾ ਗੋਗੋ ਪੀਜ਼ਾ ਗੋਗੋ ਪੀਜ਼ਾ ਪਾਰਲਰ ਹਾਂਜੀ ਅੱਛਾ ਸੈਕ ਸਾਈਕਲਿੰਗ ਲੋਕ ਇੱਥੇ ਬੜਾ ਪਸੰਦ ਕਰਦੇ ਨੇ ਬਹੁਤ ਜੀ ਸਾਈਕਲਿੰਗ ਉਹ ਗੁੱਡ ਐਕਸਰਸਾਈਜ਼ ਸਮਝਦੇ ਆ ਉਹੀ ਜਿਵੇਂ ਚੰਡੀਗੜ੍ਹ ਵੀ ਮੇਰੇ ਖਿਆਲ ਚ ਸ਼ੁਰੂ ਹੋਇਆ ਕਿ ਟੋਕਨ ਪਾਓ ਤੁਸੀਂ ਹਾਂਜੀ ਤੇ ਸਾਈਕਲ ਲੈ ਕੇ ਜਾਓ ਆਹ ਦੇਖੋ ਸਰਦਾਰ ਜੀ ਕਿਦਾਂ ਦੀ ਗੱਡੀ ਲਈ ਫਿਰਦੇ ਪੈਟਰੋਲ ਜਾਂ ਡੀਜ਼ਲ ਵਾਲੀ ਗੱਡੀ ਉਹ ਤੁਹਾਨੂੰ ਪੈਸੇ ਪੇ ਕਰਕੇ ਲੈ ਕੇ ਜਾਣੀ ਪੈਂਦੀ ਸਾਡੇ ਤਾਂ ਜਿੱਦਾਂ ਗੱਡੀ ਕਹਿੰਦੇ ਧੂਆਂ ਮਾਰਨ ਲੱਗ ਪੈਂਦੀ ਛੱਡ ਦੋ ਹੁਣ ਇੱਥੇ ਜਦ ਤੱਕ ਉਹ ਐਮਓਟੀ ਪਾਸ ਹੁੰਦੀ ਆ ਉਹਨਾਂ ਦੀ ਜਿਹੜੀ ਈਅਰਲੀ ਇਨਸਪੈਕਸ਼ਨ ਹੁੰਦੀ ਆ ਬੰਦਾ ਧੂਆਂ ਨਹੀਂ ਮਾਰਨਾ ਚਾਹੀਦਾ ਗੱਡੀ ਮੈਂ ਮਾਰੀ ਗੱਡੀ ਕੋਈ ਗੱਲ ਨਹੀਂ ਗੱਡੀ ਚੱਲੀ ਜਾਵੇ ਕੋਈ ਚੱਕਰ ਨਹੀਂ ਚਲੋ ਠੀਕ ਹੈ ਹੁਣ ਅਸੀਂ ਤਾਂ ਤੁਸੀਂ ਕਮੈਂਟ ਵੀ ਨਾਲ ਦੀ ਨਾਲ ਕਰਦੇ ਰਹੋ ਸੱਜਣੋ ਮੈਂ ਤੁਹਾਡੇ ਕਮੈਂਟਸ ਦੇ ਜਵਾਬ ਵੀ ਦਿੰਦਾ ਰਹਾ ਤੁਸੀਂ ਨਾਲ ਦੀ ਨਾਲ ਕਮੈਂਟਸ ਵੀ ਕਰਦੇ ਰਹੋ ਇੱਕ ਹੋਰ ਸਰਦਾਰ ਜੀ ਮਿਲੇ ਠੀਕ ਠਾਕ ਹੋ ਭਾਜੀ ਦਿਲ ਲੱਗ ਗਿਆ ਬਸ ਠੀਕ ਹੈ ਅੱਛਾ ਕਈ ਮੈਨੂੰ ਲੋਕ ਕਹਿੰਦੇ ਤੁਸੀਂ ਗੱਲ ਕਰੋ ਪਰ ਮੁੰਡੇ ਭੱਜਦੇ ਬਹੁਤ ਕਹਿੰਦੇ ਕੀ ਗੱਲ ਕਰੀਏ ਸੈਟਿੰਗ ਤਾਂ ਆਈ ਕੀ ਗੱਲ ਕਰੀਏ ਡਰਦੇ ਆ ਜੀ ਬਹੁਤ ਹਜੇ ਉਹ ਕਹਿੰਦੇ ਕਿ ਘਰਦੇ ਦੇਖ ਲਊਗੇ ਫਿਰ ਜੇ ਚੰਗੀ ਗੱਲ ਕੀਤੀ ਤਾਂ ਡਿਮਾਂਡ ਆ ਜਾਣੀ ਆ ਭੇਜਦੇ ਜੇ ਮਾੜੀ ਗੱਲ ਕੀਤੀ ਤਾਂ ਕਹਿਣਾ ਦੇਖੇ ਕਿਤੇ ਵੀ ਨਹੀਂ ਜਾ ਕੇ ਸਕਸੈਸ ਹੋ ਸਕਦਾ ਬਿਲਕੁਲ ਜੀ ਆ ਦੇਖੋ ਆ ਵੀ ਵਿਚਾਰੇ ਕੋ ਹੌਲੀਡੇ ਕਰਨ ਆਇਆ ਸੂਟਾ ਬਹੁਤ ਚੱਲਦਾ ਜੀ ਇੱਥੇ ਸੂਟਾ ਭਾਜੀ ਬੜਾ ਚੱਲਦਾ ਇੱਥੇ ਇਹ ਤਾਂ ਹੁਣ ਚੱਲਣਾ ਹੀ ਹੈ ਜੀ ਕੀ ਕਰੇ ਬੰਦਾ ਇੱਥੇ ਤਾਂ ਕਲਚਰ ਹੀ ਹੈ ਜੀ ਮਾਹੌਲ ਹੀ ਇਹੀ ਆ ਸਾਡੇ ਦਾ ਹੁੰਦਾ ਤਾਂ 200 ਰੁਪਇਆ ਫਾਈਨ ਲੱਗਦਾ ਜੀ ਅੱਛਾ ਹਾਂ ਆਪਣਾ ਸਟੇਸ਼ਨ ਮੋਰੇ ਹੁਣ ਠੀਕ ਹੈ ਜੀ ਮਾਹੌਲ ਬਿਲਕੁਲ ਜੀ ਬਹੁਤ ਵਧੀਆ ਅੱਛਾ ਉਹ ਡਿਟੇਲਿੰਗ ਹੋ ਰਹੀ ਹੈ ਕਾਰ ਵਾਸ਼ ਚੱਲਦੀ ਆ ਹੈ ਕਾਰ ਵਾਸ਼ ਹੈ ਕਿ ਡਿਟੇਲਿੰਗ ਹੋ ਰਹੀ ਹੈ ਉਹੀ ਆ ਵੈਲਟਿੰਗ ਵੈਲਟਿੰਗ ਕਹਿੰਦੇ ਆ ਠੀਕ ਹੈ ਜੀ ਤਾਂ ਇੱਕੋ ਹੀ ਗੱਡੀ ਮਿਲੀ ਮੈਨੂੰ ਜਿੱਥੇ ਮੁੰਡੇ ਨੇ ਰੋਲਾ ਰੋਲਾ ਪਾਇਆ ਸੀ ਅਦਰਵਾਈਜ਼ ਤਾਂ ਸਿਚੁਏਸ਼ਨ ਕਾਮ ਐਂਡ ਕੁਆਇਟ ਕੁਆਇਟ ਆ ਕੋਈ ਜ਼ਿਆਦਾ ਨਹੀਂ ਕਰਦੇ ਹੈਗੇ ਦੇਖ ਲਓ ਜੇ ਹੁਣ ਇੱਥੇ ਸੁਣੇ ਇੱਕ ਲਾਈਨ 'ਚ ਚੱਲਦੇ ਆ ਜੀ ਜੀ ਅਸੀਂ ਪਿਛਲੀ ਵਾਰ ਨਵਾਂ ਸ਼ਹਿਰ ਗਏ ਤਾਂ ਉੱਥੇ ਇੱਕ ਲਾਈਨ ਦੀਆਂ ਪੰਜ ਲਾਈਨਾਂ ਬਣਾ ਦਿੰਦੇ ਆ ਉਹ ਫਿਰ ਭਾਜੀ ਟੈਕਸ ਨਹੀਂ ਤਾਰਿਆ ਤਾਰਿਆ ਰੋਡ ਆਪਣੀ ਹੈ ਅੱਛਾ ਇੱਕ ਹੋਰ ਚੀਜ਼ ਆ ਜੀ ਕਿ ਇੱਥੇ ਮੈਂ ਸੜਕ ਤੇ ਆਪਾਂ ਕਿੰਨਾ ਟਰੈਵਲ ਕੀਤਾ ਤੁਹਾਡੇ ਨਾਲ ਵੀ ਕੀਤਾ ਹੋਰ ਸੱਜਣਾ ਵੀ ਨਾਲ ਵੀ ਕੀਤਾ ਸੀ ਜਿਵੇਂ ਬ੍ਰੈਡਫੋਰਡ ਤੋਂ ਪਹਿਲਾਂ ਬਰਮਿੰਘਮ ਆਏ ਬਰਮਿੰਘਮ ਤੋਂ ਲੰਡਨ ਆਏ ਆ ਹਾਂਜੀ ਤੁਹਾਡੇ ਘਰ ਆਏ ਆ ਤੇ ਰਾਹ 'ਚ ਮੈਨੂੰ ਕੋਈ ਕੁੱਤਾ ਸੜਕ ਤੇ ਨਜ਼ਰ ਨਹੀਂ ਆਇਆ ਕੋਈ ਪਸ਼ੂ ਨਜ਼ਰ ਨਹੀਂ ਆਇਆ ਬਿਲਕੁਲ ਜੀ ਇੱਥੇ ਕਾਓ ਸੈਸ ਦਿੰਦੇ ਨੀ ਤੁਸੀਂ ਇੱਥੇ ਕਾਓ ਟੈਕਸ ਦਿੰਦੇ ਨੀ ਹੁਣ ਮੈਂ ਇਸ ਬਾਰੇ ਬਹੁਤਾ ਕਹਿਣਾ ਚਾਹੁੰਦਾ ਨੀ ਜੀ ਜੀ ਪਰ ਇੱਥੇ ਲੱਭੀਆਂ ਨੀ ਕਾਓ ਕਦੇ ਦੇਖੀਆਂ ਨੀ ਅਜੇ ਤੱਕ ਰੋਡ ਤੇ ਇਹ ਚੰਗੀ ਗੱਲ ਹੈ ਨਾ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਭਾਜੀ ਅਜਾਈ ਚਲੇ ਜਾਂਦੀ ਹੈ ਹਾਂਜੀ ਹਾਂਜੀ ਸਾਡੇ ਆਪਣੇ ਨਾਲ ਹੋ ਚੁੱਕੀ ਹੈ ਜੀ
पाकिस्तानी वीर सुनसान एरिया च गए हुए थे जेडी लाइट है खराब हो गई रेड लाइट रेड ही सी कहते अद्धा घंटा ग्रीन में खड़ा रहा मेरी हिम्मत नहीं पई कि मैं क्रॉस कर जावा रेड लाइट खराब हो चुकी जेडी कहते पुलिस नु फोन किया पुलिस आई पुलिस ने घंटा लाया ठीक करके मैं फिर तोरिया उन्होंने आके भी नहीं कहा कि चल जा रूल्स नहीं कहते डिसओबे कर रूल्स नहीं तोड़ते जी 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 यही तो मेन दूजा पाकिस्तान वीर भी कहना मैन यही गल जो कि असि रूल्स नहीं तोड़ते ਵਿੱਚ ਕਈ ਕਹਿੰਦੇ ਆ ਰੂਲਸ ਬਣਾਏ ਆ ਤੋੜਨ ਲਈ ਫਿਰ ਉਹ ਡਿਪੋਰਟ ਵੀ ਹੋ ਜਾਂਦੇ ਨੇ ਜੇ ਤੁਸੀਂ ਡਿਪੋਰਟ ਨਹੀਂ ਹੋਣਾ ਟ੍ਰੇਨ ਲੰਘਣੀ ਕਿੰਨੀ ਫਾਸਟ ਜੀ ਜੀ ਆ ਟਿਊਬ ਬੜੀ ਤੇਜ਼ ਚੱਲਦੀ ਜਿਹੜੀ ਆਪਾਂ ਟਿਊਬ ਚ ਵੀ ਗਏ ਸੀਗੇ ਹੁਣ ਮੇਰੇ ਖਿਆਲ ਮੇਰੇ ਕੋਈ ਸੈਟਿੰਗ ਛੇੜੀ ਗਈ ਆ ਕਮੈਂਟਸ ਸਾਹਮਣੇ ਨਹੀਂ ਆ ਰਹੇ ਬੰਦ ਹੋ ਗਿਆ ਕਮੈਂਟਸ ਆ ਗਏ ਜੀ ਆ ਗਏ ਲਓ ਜੀ ਆਪਣੇ ਕਮੈਂਟਸ ਆ ਗਏ ਆ ਪੜੋ ਜੀ ਇਹਦੇ ਨਾਲ ਤਾਂ ਚੰਡੀਗੜ੍ਹ ਸੋਹਣਾ ਲੱਗਦਾ ਨਹੀਂ ਨਹੀਂ वाह जी वाह सूरी साहब धन्यवाद जी लक्की भाजी भी नाल ने लक्की भाजी नाइस लुक जसपाल बंगड़ जी कह रहे हैं अच्छा लक्की भाजी का तुम्हें हेयर स्टाइल अच्छा लगे जी जसपाल जी आहो मेरा हेयर स्टाइल चंगा लगा बाल बहुत है ना मैं अगे सूरी साहब दसदा सी मैंने पुछते सी पहले हेयर कटिंग दे किन्ने की चार्ज लैंदे आ जी जी मैं कहा जी साडे वर्गे ने कटाने होवे तां 14 15 सरदार जी देखो सरदार जी किन्ने खुश होए फोन ते लगे होए ना इस करके जी जी तां इह तुसीं देख सकदे हो बैटर रोड दैन रेलवे रोड पीटर शॉकर जी ओहो पीटर शॉकर जी मैंने स्पेशल बर्मिंगम तो लंदन छड़ के गए ओ देखो और धक्के ना छड़ के देखदा व्यू देखो ना ग्लास गा दिखा दे मजा आ गया ਤੁਸੀਂ ਨਵੇਂ ਸ਼ਹਿਰ ਚ ਬਹੁਤ ਗਲਾਸੀ ਜੰਕਸ਼ਨਸ ਦੇਖੇ ਹੋਣੇ ਆ ਵੀ ਦੇਖੋ ਸਾਊਥ ਹਾਲ ਦਾ ਪੁਰਾਣਾ ਗਲਾਸੀ ਜੰਕਸ਼ਨ ਸੂਰਜ ਸੁਧੇੜਾ ਜੀ ਕਹ ਰਹੇ ਲੱਕੀ ਭਾਜੀ ਗ੍ਰੇਟ ਸਤਿ ਸ੍ਰੀ ਅਕਾਲ ਸੂਰਜ ਭਾਜੀ ਸਤਿ ਸ੍ਰੀ ਅਕਾਲ ਸੂਰਜ ਭਾਜੀ ਕੀ ਹਾਲ ਜਾ ਠੀਕ ਠਾਕ ਹੋ ਇਉਂ ਨਹੀਂ ਲੱਗਦਾ ਕਿ ਮੇਰੇ ਨਾਲ ਕੋਈ ਯੂਕੇ ਦਾ ਰੈਸਲਰ ਤੁਰਿਆ ਫਿਰਦਾ ਬੋਡੀਗਾਰਡ ਬੋਡੀਗਾਰਡ ਰੱਖੋ ਤੁਸੀਂ ਨਹੀਂ ਨਹੀਂ ਚਲੋ ਠੀਕ ਹੈ ਜੀ ਔਰ ਕੋਈ ਕੋਈ ਸਮਾਂ ਕੱਢਦਾ ਨਹੀਂ ਤਾਂ ਜੀ ਇੱਥੇ ਲੋਕ ਇੰਨੇ ਬਿਜ਼ੀ ਆ ਤਾਂ ਚਾਂਦਲਾ ਹੇਅਰ ਕੱਟ ਦਾ ਵੀ ਆ ਗਿਆ ਤੁਸੀਂ ਦੱਸਦੇ ਸੀਗੇ ਹਾਂਜੀ ਹਾਂਜੀ ਇਹਨਾਂ ਦੇ ਤੁਹਾਡੇ ਗੁਆਂਢੀ ਆ ਹਾਂਜੀ ਹੈਪੀ ਭਾਜੀ ਆਪਣੇ ਠੀਕ ਹੈ ਜੀ ਹੈਪੀ ਚਾਂਦਲਾ ਹੈਪੀ ਚਾਂਦਲਾ ਜੀ ਆਹ ਦੇਖੋ ਜੀ ਤੁਹਾਨੂੰ ਇਹੀ ਮੇਨ ਚੀਜ਼ ਦਿਖਾਣੀ ਸੀ ਕਿ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਕਿ ਆਪਣੇ ਜਿੱਥੇ ਲੋਕ ਪੰਜਾਬੀ ਬੋਲਣ ਸ਼ਰਮ ਕਰਦੇ ਆ ਦੇਖੋ ਸਾਊਥ ਹਾਲ ਪੰਜਾਬੀ 'ਚ ਲਿਖਿਆ ਆ ਤਾਂ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਔਰ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮੈਂ ਇੱਥੋਂ ਲਾਈਵ ਕੱਟ ਕਰਕੇ ਦੁਆਰ 'ਤੇ ਚਲਾਉਂਦਾ ਕਿਉਂਕਿ ਕਈ ਵੇਲੇ ਲੰਬੀ ਵੀਡੀਓ ਚੱਲਦੀ ਨਹੀਂ ਹੈ ਤਾਂ ਇੱਥੋਂ ਦੁਆਰ 'ਤੇ ਵੀਡੀਓ ਬਣਾਉਂਦੇ ਹਾਂ ਠੀਕ ਹੈ ਜੀ ਧੰਨਵਾਦ